ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਨਿਊਜ਼ ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੁਲਿਸ ਨੇ ਗੁੱਜੇ ਮਾਮਲੇ ਨੂੰ ਸੁਲਝਾਇਆ ਸਾਹਮਣੇ ਆਇਆ ਪਿਆਉ ਦਾ ਕਾਰਾ ਸੋ ਕਾਰਨਾਮਾ ਪਿਆਉ ਦਾ ਨਿਕਲ ਕੇ ਸਾਹਮਣੇ ਆਇਆ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਪੰਜਾਬ ਦੇ ਖੰਨਾ ਜ਼ਿਲ੍ਹੇ ਦੇ ਥਾਣਾ ਸਮਰਾਲਾ ਦੀ ਨੌਂ ਦੇ ਪਿੰਡ ਰੋਹ ਹੱਲੇ ਦੇ ਵਿੱਚ ਇੱਕ ਪਿਓ ਨੇ ਆਪਣੀ ਸਾਲੀ ਨਾਲ ਪਿਆਰ ਦੇ ਚੱਕਰ ਵਿੱਚ ਆਪਣੀ ਪਤਨੀ ਨੂੰ ਨਹਿਰ ਦੇ ਵਿੱਚ ਵਹਾ ਦਿੱਤਾ ਰਸਤੇ ਦੇ ਵਿੱਚੋਂ ਪਰੇ ਕਰਨ ਦੇ ਇਰਾਦੇ ਨਾਲ ਆਪਣੀ 5 ਸਾਲ ਦੀ ਬੇਟੀ ਨੂੰ ਨਹਿਰ ਦੇ ਵਿੱਚ ਵਹਾ ਕੇ ਕਤਲ ਕਰ ਦਿੱਤਾ ਇਸ ਦੌਰਾਨ ਤੱਕਾ ਮੁੱਕੀ ਵਿੱਚ ਦੋਸ਼ੀ ਦੀ ਪਤਨੀ ਬਚ ਗਈ ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਨੂੰ ਇਹ ਸੂਚਨਾ ਮਿਲੀ ਸੀ ਕਿ ਮਾਤਾ ਪਿਤਾ ਨੇ ਟੂਨੇ ਟੱਪੇ ਦੇ ਚਲਦਿਆ ਤਾਂ ਤਰੀਕ ਦੇ ਕੈਨ ਵਿੱਚ ਨਹਿਰ ਵਿੱਚ ਸੁੱਟ ਕੇ ਕਤਲ ਕਰ ਦਿੱਤਾ ਪਰ ਹੁਣ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਲੜਕੀ ਦੇ ਪਿਓ ਦੇ ਸਿਰ ਹੀ ਆ ਗਿਆ ਉਸ ਦੀ ਸਾਲੀ ਦੇ ਸਬੰਧਾਂ ਦਾ ਨਿਕਲਿਆ ਦੋਵਾਂ ਦੀ ਯੋਜਨਾ ਸੀ ਲੜਕੀ ਦੀ ਮਾਂ ਨੂੰ ਨਹਿਰ ਦੇ ਵਿੱਚ ਲਾ ਜਾ ਕੇ ਮੋਕਾਣ ਦੀ ਪਰ ਖੇਚ ਤੂ ਵਿੱਚ ਲੜਕੀ ਨਹਿਰ ਦੇ ਵਿੱਚ ਡੇਗ ਗਈ ਉਸ ਦੀ ਮੌਤ ਹੋ ਗਈ ਉਸ ਦੀ ਦੇਹ ਹੁਣ ਤੱਕ ਨਹੀਂ ਮਿਲੀ ਇਹ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਖੰਨਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਦੇ ਪ੍ਰਗੁਰਜਨ ਸਿੰਘ ਤੋ ਪਹਿਲਾਂ ਇਹ ਸੂਚਨਾ ਮਿਲੀ ਕਿ ਉਸ ਦਾ ਪ੍ਰਾਕ ਤਾੰਤ੍ਰਿਕ ਦੇ ਕਹਿਣ ਤੇ ਲੜਕੀ ਨੂੰ ਨਦੀ ਦੇ ਵਿੱਚ ਵਹਾਇਆ ਨਹਿਰ ਦੇ ਵਿੱਚ ਹਾਇਆ ਪਰ ਜਦੋਂ ਪੁਲਿਸ ਨੇ ਜਾਂਚ ਕੀਤੀ ਪਤਾ ਲੱਗਾ ਪਿੰਡ ਰੋਹਲੇ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਦਾ ਆਪਣੀ ਸਾਲੀ ਸੁਖਵਿੰਦਰ ਕੌਰ ਨਾਲ ਸੰਬੰਧ ਸੀ ਦੋਵਾਂ ਦੀ ਗੁਰਪ੍ਰੀਤ ਦੀ ਪਤਨੀ ਗੁਰਜੀਤ ਕੌਰ ਨੂੰ ਡੁਬੋ ਕੇ ਰਸਤੇ ਦੇ ਵਿੱਚੋਂ ਹਟਾਉਣ ਦੀ ਯੋਜਨਾ ਸੀ ਸਕੀਮ ਦੇ ਮੁਤਾਬਕ ਆਪਣੀ ਪਤਨੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਜਾਣ ਲੱਗਾ ਤਾਂ ਉਹ ਆਪਣੇ ਦੋ ਜਵਾਕਾਂ ਨੂੰ ਨਾਲ ਲੈ ਕੇ ਖੰਟ ਪਿੰਡ ਦੇ ਨੇੜੇ ਨੇੜੇ ਪਹੁੰਚ ਕੇ ਉਸ ਨੂੰ ਆਪ ਪਤਨੀ ਨੂੰ ਪਾਣੀ ਵਿੱਚ ਨਾਰੀਅਲ ਸੁੱਟਣ ਲਈ ਧੱਕਾ ਦੇਣਾ ਸ਼ੁਰੂ ਕਰ ਦਿੱਤਾ ਝਗੜੇ ਵਿੱਚ ਗਰਜੀਤ ਕੌਰ ਤਾਂ ਬਚ ਗਈ ਪਰ ਦੀ ਉਸਦੀ ਲੜਕੀ ਸੁਖਮਣ ਪ੍ਰੀਤ ਕੌਰ ਨੇਰ ਦੇ ਵਿੱਚ ਵਹਿ ਗਈ ਉਸ ਦੀ ਮੌਤ ਹੋ ਗਈ ਦੋਸਤੋ ਉਸ ਨੂੰ ਤੇ ਉਸ ਦੀ ਸਾਲੀ ਨੂੰ ਗ੍ਰਿਫਤਾਰ ਕਰਨ ਲੱਗਿਆ ਪਰ ਤੁਹਾਡੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ 'ਚ ਜ਼ਰੂਰ ਰੱਖੋ ਧੰਨ